ਅਸਲਾਮੁਅਲੈਕਮ ਸਿਆਸੀ ਦਰਗਾਹ ਤੇ ਖੁਸ਼ ਆਮਦਿਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਇਤੇ ਮਿਠਾ ਜੀ ਬੜੀ ਖਬਰ ਆ ਲੱਗ ਮੈਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋ ਚੁੱਕਿਆ ਯਕੀਨ ਕਰੋ ਕਿ ਬੜੀ ਹਲਚਲ ਹੈ ਪਾਕਿਸਤਾਨ ਦੇ ਵਿੱਚ ਨਿਗਰਾਨ ਵਜ਼ੀਰ ਆਜ਼ਮ ਸਾਹਿਬ ਜਿਹੜੇ ਨੇ ਉਹ ਆ ਚੁੱਕੇ ਨੇ ਉਹਨਾਂ ਦੀ ਹਲਫ ਬਰਦਾਰੀ ਜਿਹੜੀ ਹੈ ਉਹ ਕੱਲ 14 ਅਗਸਤ ਨੂੰ ਹੋਏਗੀ ਯੋਮੇ ਆਜ਼ਾਦੀ ਵਾਲੇ ਦਿਨ ਤੇ ਤੁਸੀਂ ਅੰਦਾਜ਼ਾ ਲਾ ਲਓ ਕਿ ਖਾਨ ਸਾਹਿਬ ਦਾ ਕੀ ਹਸ਼ਰ ਹੋ ਰਿਹਾ ਹੋਣਾ ਯੋਮੇ ਆਜ਼ਾਦੀ ਵਾਲੇ ਦਿਨ ਕਿਉਂਕਿ ਉਹ ਤੇ ਹਕੀਕੀ ਆਜ਼ਾਦੀ ਜਿਹੜੀ ਇਹ ਉਹ ਲੈਣ ਆਸਤੇ ਨਿਕਲੇ ਸੀ ਔਰ ਨਾਲ 2-4000 ਯੂਥੀਆ ਲੈ ਕੇ ਤੇ ਕੋਈ ਨਵੀਂ ਸ਼ੈ ਜਿਹੜੀ ਉਹ ਮਾਰਕੀਟ ਦੇ ਵਿੱਚ ਮੁਤਾਰਫ ਕਰਾਉਣ ਲੱਗੇ ਸੀ 9 ਮਈ ਨੂੰ ਕਿ ਫੌਜ ਖਤਮ ਕਰ ਦਿਓ ਐਟਮੀ ਪ੍ਰੋਗਰਾਮ ਖਤਮ ਕਰ ਦਿਓ ਪਾਕਿਸਤਾਨ ਖਤਮ ਕਰ ਦਿਓ ਸੂਬੇ ਖਤਮ ਕਰ ਦਿਓ ਪਤਾ ਨਹੀਂ ਕੀ ਕੀ ਖਤਮ ਕਰ ਦਿਓ ਤੇ ਇੱਕ ਨਵੀਂ ਆਜ਼ਾਦੀ ਨਵਾਂ ਪਾਕਿਸਤਾਨ ਨਵਾਂ ਝੱਖੜ ਜਿਹੜਾ ਉਹ ਅਸੀਂ ਲੈ ਕੇ ਆਣਾ ਯੂਥੀਆ ਜਿਹੜੇ ਨੇ ਉਹ ਤੇ ਜਸ਼ਨੇ ਆਜ਼ਾਦੀ ਨਹੀਂ ਮਨਾ ਰਹੇ ਉਹਨਾਂ ਪਹਿਲੇ ਵੀ ਕਦੀ ਨਹੀਂ ਸੀ ਮਨਾਈ ਇਹ ਅਸੀਂ ਗਵਾਹ ਹਾਂ ਇਸ ਚੀਜ਼ ਦੇ ਕਿ ਕਦੀ ਵੀ ਕੋਈ ਵੀ ਯੂਥੀਆ ਕਿਸੇ ਵੀ ਮੁਲਕ ਕੇ ਚਾ ਉਹਨੇ ਕਦੀ ਵੀ ਜਸ਼ਨੇ ਆਜ਼ਾਦੀ ਜਿਹੜਾ ਉਹ ਨਹੀਂ ਮਨਾਇਆ ਤੇ ਇਸ ਦਫਾ ਤੇ ਉਹ ਪਾਕਿਸਤਾਨ ਦੇ ਪਰਚਮ ਜਿਹੜੇ ਨੇ ਉਹ ਸਾੜ ਰਹੇ ਨੇ ਪਾਕਿਸਤਾਨ ਦੇ ਪਾਸਪੋਰਟ ਸਾੜ ਸਾੜ ਰਹੇ ਨੇ ਪਾਕਿਸਤਾਨ ਦੇ ਝੰਡੇ ਸਾੜ ਰਹੇ ਨੇ ਔਰ ਪਾਕਿਸਤਾਨ ਦੇ ਵਜੂਦ ਤੋਂ ਇਨਕਾਰ ਕਰ ਰਹੇ ਨੇ ਇਸ ਹੱਦ ਤੱਕ ਗੱਲ ਜਿਹੜੀ ਉਹ ਵੱਧ ਚੁੱਕੀ ਹੈ ਕਿ ਨਿਆਜ਼ੀ ਜਿਹੜਾ ਉਹਦਾ ਜੇਲ੍ਹ ਦੇ ਵਿੱਚ ਕੱਖ ਕੰਡਾ ਨਹੀਂ ਰਹਿ ਚੁਕੇ ਆ ਖੁਰਕ ਪੈ ਚੁਕੀ ਏ ਕੋੜ ਪੈ ਚੁਕੇ ਆ ਔਰ ਅੱਖਾਂ ਚ ਨਜ਼ਰ ਨਹੀਂ ਆਂਦਾ ਔਰ ਅਜੀਬੋ ਗਰੀਬ ਉਹਦੇ ਸਾਮਾਨ ਹੈ ਉੱਥੇ ਔਰ ਅਜੀਬੋ ਗਰੀਬ ਕਿਸਮ ਦੀਆਂ ਡੀਲਾਂ ਜਿਹੜੀਆਂ ਨੇ ਉਹਨਾਂ ਵਾਸਤੇ ਉਹ ਤਰਲੇ ਮਿੰਤਾ ਪਕਰ ਲੈ ਜਿਹੜੀ ਅਸਲ ਉਹਨੇ ਡੀਲ ਦੇ ਮੁਤਲਕ ਕੋਸ਼ਿਸ਼ ਸ਼ੁਰੂ ਕੀਤੀ ਉਹ ਅਸੀਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ 14 ਅਗਸਤ ਵਾਲੇ ਦਿਨ ਦੁਪਹਿਰੇ ਕਿ ਇਹ ਨਿਆਜ਼ੀ ਜਿਹੜਾ ਇਹ ਡੀਲ ਕਿਸ ਕਿਸਮ ਦੀ ਮੰਗਦਾ ਪਿਆ ਔਰ ਡੀਲ ਦੇ ਵਿੱਚ ਗਰੰਟੀਆਂ ਕੌਣ ਦੇਗਾ ਪਤਾ ਨਹੀਂ ਕੋ ਦੇਗਾ ਕਿ ਨਹੀਂ ਔਰ ਡੀਲ ਕਰਨ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਕਿਹਨੂੰ ਸੌਂਪੀ ਗਈ ਹੈ ਇਹ ਬੜਾ ਲੰਮਾ ਚੱਕੜ ਹੈ ਜੇ ਤੇ 8 ਦਿਨ ਵੀ ਨਹੀਂ ਹੋਏ ਮੇਰੇ ਮਿੱਠੇ ਨੂੰ ਤੇ ਕੋੜ ਪੈ ਗਿਆ ਖੁਰਕ ਪੈ ਗਈ ਆ ਅੱਖਾਂ ਬੰਦ ਹੋ ਗਈਆਂ ਨੇ ਜਿਸਮ ਜਿਹੜਾ ਉਹ ਉਹਦਾ ਕੱਖ ਕੰਡਾ ਨਹੀਂ ਰਿਹਾ ਔਰ ਖਤਮ ਹੋ ਚੁੱਕਿਆ ਤੇ ਡੀਲਾਂ ਜਿਹੜੀਆਂ ਉਹ ਮੰਗੜੀਆਂ ਸ਼ੁਰੂ ਕਰ ਦਿੱਤੀਆਂ ਨੇ ਇਹਦੇ ਦੌਰਾਨ ਬਹੁਤ ਵੱਡੀ ਖਬਰ ਲੈ ਕੇ ਮੈਂ ਤੁਹਾਡੀ ਖidmat ਦੇ ਵਿੱਚ ਹਾਜ਼ਰ ਹੋ ਚੁੱਕਿਆ ਜਿੱਥੇ ਜਿੱਥੇ ਵੀ ਤੁਸੀਂ ਆਓ ਜਸ਼ਨੇ ਆਜ਼ਾਦੀ ਮਨਾਣਾ ਸ਼ੁਰੂ ਕਰ ਦਿਓ ਪਾਕਿਸਤਾਨ ਦੇ ਪਰਚਮ ਲਹਿਰਾਣੇ ਸ਼ੁਰੂ ਕਰ ਦਿਓ ਚੰਡੀਆਂ ਲਹਿਰਾਣੀਆਂ ਸ਼ੁਰੂ ਕਰ ਦਿਓ ਪਾਕਿਸਤਾਨ ਜ਼ਿੰਦਾਬਾਦ ਦੇ ਨਾਰੇ ਲਾਣੇ ਸ਼ੁਰੂ ਕਰ ਦਿਓ ਆਪਣੇ ਵਤਨ ਦੇ ਨਾਲ ਮੁਹੱਬਤ ਜਿਹੜੀ ਆ ਝੰਡੇ ਚਾੜ੍ਹ ਦਿਓ ਹਰ ਪਾਸੇ ਮਹਿਸੂਸ ਹੋਵੇ ਕਿ ਇਸ ਵਾਰ ਪੂਰੀ ਫੱਕੀ ਜਿਹੜੀ ਹੈ ਖਾਨ ਸਾਹਿਬ ਨੂੰ ਪਾਕਿਸਤਾਨ ਦੀ ਆਵਾਮ ਜਿਹੜੀ ਹੈ ਉਹ ਦੇ ਰਹੀ ਹੈ ਜਿਹੜਾ ਉਹ ਕਹਿ ਰਿਹਾ ਹੈ ਕਿ ਅਸਾਂ ਨਹੀਂ ਮਨਾਣਾ ਜਸ਼ਨ-ਏ-ਆਜ਼ਾਦੀ ਉਹਨੂੰ ਦੱਸੋ ਕਿ ਕਿਸ ਤਰ੍ਹਾਂ ਜਸ਼ਨ-ਏ-ਆਜ਼ਾਦੀ ਜਿਹੜਾ ਉਹ ਮਨਾਇਆ ਜਾਂਦਾ ਠੀਕ ਹੋ ਗਿਆ ਨਾ ਤੇ ਸਾਡੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਜਸ਼ਨ-ਏ-ਆਜ਼ਾਦੀ ਮੁਬਾਰਕ ਅੱਲਾਹ ਪਾਕ ਪਾਕਿਸਤਾਨ ਨੂੰ ਤਾਂ ਕਿਆਮਤ ਕਾਇਮੋ ਦैम ਰੱਖੇ ਹੱਸਦਾ ਵਸਦਾ ਰੱਖੇ ਔਰ ਪਾਕਿਸਤਾਨ ਨੂੰ ਅੱਲਾਹ ਪਾਕ ਤਰਕੀਆਂ ਦੇ ਸਲਾਮਤੀ ਦੇ ਠੀਕ ਹੋ ਗਿਆ ਨਾ ਸਾਰੇ ਰਲ ਕੇ ਇਹ ਦੁਆਵਾਂ ਤੁਸੀਂ ਮੰਗੋ ਖਬਰਾਂ ਜਿਹੜੀਆਂ ਮੈਂ ਲੈ ਕੇ ਤੁਹਾਡੇ ਗੋਸ਼ਕੁਜ਼ਾਰ ਹਾਜ਼ਰ ਹੋਇਆ ਪੀਰਨੀ ਨਿਆਜ਼ੀ ਔਰ ਖਾਵਰ ਮਨੇਕਾ ਰੰਗੇ ਹੱਥੋਂ ਫੜੇ ਗਿਆ ਆ ਨਵਾਂ ਕਟੜਾ ਦੀ ਜੇ ਖੁੱਲ ਗਈ ਪੀਰਨੀ ਨਿਆਜ਼ੀ ਤੇ ਖਾਵਰ ਮਨੇਕਾ ਰੰਗੇ ਹੱਥੋਂ ਫੜੇ ਗਏ ਇਹ ਨਵਾਂ ਚਾਨ ਨੇ ਜਿਹੜਾ ਅਸੀਂ ਹੁਣ ਚੜ ਲੱਗੇ ਆ ਅਗਲੀ ਖਬਰ ਹੈ ਯੁੱਥੀਆਂ ਦੇ ਗਿੱਤ ਕੇ ਰੱਤ ਤੰਗ ਵੱਡਾ ਆਪਰੇਸ਼ਨ ਸ਼ੁਰੂ ਪਹਿਲੀ ਖਬਰ ਤੇ ਆ ਜਿਓ ਪੀਰਨੀ ਨਿਆਜ਼ੀ ਔਰ ਖਾਵਰ ਮਨੇਕਾ ਰੰਗੇ ਹੱਥੋਂ ਫੜੇ ਗਏ ਵੈਸੇ ਤੇ ਇਹ ਹਰ ਦੂਸਰੇ ਦੇ ਨਹੀਂ ਫੜੇ ਜਾਂਦੇ ਸੀ ਕਦੀ ਨਿਆਜ਼ੀ ਇਹਨੂੰ ਪੀਰਨੀ ਫੜ ਲੈਂਦੀ ਸੀ ਰਮਨ ਲਾਲ ਕਦੀ ਰਿਆਮ ਖਾਂ ਜਿਹੜੀ ਆ ਉਹ ਨਿਆਜ਼ੀ ਨੂੰ ਫੜ ਲੈਂਦੀ ਸੀ ਮੁਰਾਦ ਸੈਦ ਹਮਜ਼ਾ ਅਲੀ ਅਬਾਸੀ ਔਰ ਇੱਕ ਹੋਰ ਮੁੰਡਾ ਸੀ ਉਹਦੇ ਨਾਲ ਸਵੇਰ 4 ਵਜੇ ਜਦੋਂ ਅਜ਼ਾਨਾ ਹੋ ਰਹੀ ਹੁੰਦੀਆਂ ਸੀ ਤੇ ਇਹ ਆਪਸ ਦੇ ਵਿੱਚ ਤੌਲੀਏ ਬਣ ਕੇ ਲੁੱਡੋ ਖੇਡ ਰਹੇ ਹੁੰਦੇ ਸੀ ਕਦੀ ਉਹ ਫੜ ਲੈਂਦੀ ਸੀ ਕਦੀ ਗੋਗੀ ਜਿਹੜੀ ਆ ਉਹ ਪੀਰਨੀ ਨੂੰ ਫੜ ਲੈਂਦੀ ਸੀ ਕਦੀ ਪੀਰਨੀ ਗੋਗੀ ਨੂੰ ਤਾਰਕ ਜਿਮੀ ਡਾਂਸਰ ਨਾਲ ਫੜ ਲੈਂਦੀ ਸੀ ਇਹ ਬੜਾ ਫੜਾ ਫੜਾਈ ਆ ਜਿਹੜਾ ਇਹ ਲੱਗਾ ਰਿਹਾ ਪਿਛਲੇ 4-5 ਸਾਲ ਪਾਕਿਸਤਾਨ ਦੇ ਵਿੱਚ ਔਰ ਇਹ ਇਸ ਹਾਲ ਤੱਕ ਅਸੀਂ ਪਹੁੰਚੇ ਆ ਹੌਣ ਜਿਹੜੀ ਖਬਰਾਂ ਮੈਂ ਤੁਹਾਡੇ ਸਾਹਮਣੇ ਲੈ ਕੇ ਆਇਆ ਕਿ ਪੀਰਨੀ ਨਿਆਜ਼ੀ ਔਰ ਖਾਵਰ ਮਨੇਕਾ ਕਿਸ ਤਰ੍ਹਾਂ ਫੜੇ ਗਿਆ ਤੁਹਾਨੂੰ ਯਾਦ ਹੋਏਗਾ 14 ਮਈ ਇਲੈਕਸ਼ਨ ਪੰਜਾਬ ਅਸੈਂਬਲੀ ਦਾ ਬੜਾ ਜ਼ੋਰ ਚੱਲਿਆ ਬੰਦਿਆਲ ਨੇ ਵੀ ਬੜਾ ਜ਼ੋਰ ਲਾ ਲਿਆ ਕਿਉਂਕਿ ਬੰਦਿਆਲ ਨੇ ਵੀ ਤੇ ਦੋ ਟਿਕਟਾਂ ਆਪਣੇ ਭਤੀਜਿਆਂ ਭਾਜਿਆਂ ਨੂੰ ਦਵਾਈਆਂ ਸੀ ਨਾ ਪਤਾ ਨਹੀਂ ਤੁਹਾਨੂੰ ਯਾਦ ਇੱਕ ਨਹੀਂ ਯਾਦ ਸਨ ਤੇ ਹਰ ਚੀਜ਼ ਯਾਦ ਹੈ ਦੋ ਟਿਕਟਾਂ ਉਹ ਵੀ ਲੈ ਗਿਆ ਸੀ ਸੁਭਾਈ ਅਸੈਂਬਲੀ ਦੀਆਂ ਆਪਣੇ ਘਰ ਦੇ ਵਿੱਚ ਇੱਕ ਭਾਜਿਆਂ ਨੂੰ ਤੇ ਇੱਕ ਭਤੀਜੇ ਨੂੰ ਅੱਛਾ ਟਿਕਟਾਂ ਦਾ ਰੌਲਾ ਪੈ ਗਿਆ ਦੀ ਬੰਦੀਆਂ ਨਾਲ ਇਲੈਕਸ਼ਨ ਕਰਾ ਰਿਹਾ 14 ਮਈ ਨੂੰ ਔਰ ਮੇਲੇ ਲੱਗੇ ਨੇ ਜ਼ਮਾਨਪੁਰ ਦੇ ਸਾਹਮਣੇ ਮਾਈਆਂ ਮੁੰਡੇ ਬਜੋੜੀ ਪਠਾਨ ਤਲਬਾਨ ਇਹ ਉਹ ਮਿਲ ਦਾ ਸਮਾਨ ਸੀ 1150 ਬੰਦਾ ਉੱਥੇ ਹਰ ਟਾਈਮ ਜਨਬ ਡੰਡੇ ਲੈ ਕੇ ਬੈਠਾ ਔਰ ਟਿਕਟਾਂ ਦਿੱਤੀਆਂ ਜਾ ਰਹੀਆਂ ਨੇ ਤਕਰੀਰਾਂ ਹੋ ਰਹੀਆਂ ਨੇ ਪਤਾ ਨਹੀਂ ਕੀ ਕੀ ਉੱਥੇ ਬੰਦਾ ਪਿਆ ਅੰਦਰ ਠੋਕ ਠੱਕਾਈ ਜਿਹੜੀ ਉਹ ਖਿੱਚੀ ਜਾ ਰਹੀ ਹੈ ਜੁਥੇ ਪਰਿਆ ਜਾ ਪਰੇ ਜਾ ਰਹੇ ਨੇ ਅੰਦਰ ਇਹਦੇ ਦੌਰਾਨ ਹੀ ਅਸੀਂ ਉਦੋਂ ਵੀ ਖਬਰ ਫੋੜੀ ਸੀ ਕਿ 15 ਅਰਬ ਰੁਪਈਆ ਜਿਹੜਾ ਇਹ ਟਿਕਟਾਕ ਦਾ فروਖਤ ਕਰਕੇ ਇਹਨੇ ਹਾਸਲ ਕੀਤਾ। ਮਤਲਬ ਪੰਜਾਬ ਦੀਆਂ ਸਾਰੀਆਂ ਸੀਟਾਂ ਨੂੰ ਤੁਸੀਂ ਜ਼ਰਬ ਦਿਓ ਨਾ ਜੋ ਐਵਰੇਜ ਚਲਦੀ ਸੀ ਪਈ। ਕਈ ਵੀਡੀਓ ਕਈ ਆਡੀਓ ਮਾਰਕੀਟ ਚ ਆ ਚੁੱਕੀ ਹਨ ਵੇ ਕੀ ਰੇਟ ਸੀ। ਠੀਕ ਹੋ ਗਿਆ ਨਾ? ਅਸੀਂ ਉਦੋਂ ਖਬਰ ਫੋੜੀ ਕਿ 15 ਤੋਂ 16 ਅਰਬ ਰੁਪਈਆ ਜ਼ਮਾਨ ਪਾਸ ਦੇ ਤਹਿ ਖਾਨੇ ਦੇ ਵਿੱਚ ਕੈਸ਼ ਜਿਹੜੀ ਉਹ ਪਈ ਹੈ ਜਿਹੜੀ ਟਿਕਟਾਂ ਵੇਚ ਕੇ ਇਹ ਕੈਸ਼ ਇਕੱਠੀ ਕੀਤੀ ਗਈ। ਔਰ ਉਹ ਕੈਸ਼ ਜਿਹੜੀ ਉਹ ਪਾਕਿਸਤਾਨ ਦੇ ਖਿਲਾਫ ਇਸਤੇਮਾਲ ਹੋਣੀ ਹੈ ਕਿਸੇ ਵੀ ਵਕਤ। ਕਿਉਂਕਿ ਇਹਨਾਂ ਨੇ ਪਲਾਨ ਕਰ ਲਿਆ ਨਾ ਪਾਕਿਸਤਾਨ ਤੇ ਹਮਲਾ ਕਰਨਾ ਤੇ ਕਿਸੇ ਵਕਤ ਵੀ ਉਹ ਕਾਇਸ ਜਿਹੜੀ ਉਹ ਪਾਕਿਸਤਾਨ ਦੇ ਖਿਲਾਫ ਇਸਤੇਮਾਲ ਹੋ ਸਕਦੀ ਹੈ ਹੁਣ ਜਨਾਬ ਅਸੀਂ ਆ ਜਾਣੇ ਆ ਪੀਰਨੀ ਨਿਆਜ਼ੀ ਔਰ ਖਾਵਰ ਮਾਨੇਕਾ ਤੇ ਇਹਨਾਂ ਕੀ ਇਹ ਰੌਲਾ ਆਪਣਾ ਗੇਮ ਇਹ ਕਿਵੇਂ ਫੜਿਆ ਗਿਆ ਪਾਕਪਤਨ ਪਾਕਪਤਨ ਦੇ ਵਿੱਚ ਇਹ ਜਿਹੜੇ ਐਮਪੀਏ ਦੀ 38 ਸੀਟਾਂ ਨੇ ਐਮਪੀਏ ਦੀ 38 ਸੀਟਾਂ ਨੇ ਉਹ ਜਿਹੜੇ ਜਿਨ੍ਹਾਂ ਦੇ ਪੈਸੇ ਨੇ ਉਹ ਅਸੀਂ ਹੋਰ ਨਾਮ ਲੈਣਾ ਅੱਛੀ ਨਹੀਂ ਸਾਰੇ ਇੱਜ਼ਤ ਵਾਲੇ ਲੋਕ ਦੇ ਤੇ ਜੁਗਾੜ ਵਾਲੇ ਲੋਕ ਨੇ ਤੇ ਨਾਮ ਲੈਣਾ ਤੁਸੀਂ ਆਪ ਹੀ ਲਭ ਲੈਣਾ ਵੇ ਉਤਰਾ ਐਮਪੀ ਇਹ ਕਾਉਣ ਨੇ ਅੱਛਾ ਇਹ ਇੱਕ ਇੱਕ ਸੀਟ ਸੀਟਾਂ ਤਰੇ ਨੇ ਤੇ 3 3 6 ਤੇ 9 9 ਬੰਦਿਆਂ ਕੋਲੋਂ ਪੈਸੇ ਲੈ ਲੈ ਯਾਨੀ ਕਿ ਇੱਕ ਸੀਟ ਤੇ ਤਿੰਨਾਂ ਬੰਦਿਆਂ ਕੋਲੋਂ 5 5 ਕਰੋੜ ਰੁਪਈਆ ਲੈ ਲਿਆ ਪੈਸੇ ਲੈ ਲੈ ਖਾਵਰ ਮਨੇਕਾ ਵਿੱਚ ਉਹ ਵਿਚੋਲਾ ਸੀ ਪੀਰਦੀ ਦਾ ਫੂਕ ਸੀ ਔਰ ਨਿਆਜ਼ੀ ਕੋਲੋਂ ਦਸਖਤ ਕਰਾ ਕੇ ਤੇ ਉਹ ਸੀਟਾਂ ਲੈਣੀਆਂ ਸੀ ਹੁਣ ਨੌ ਬੰਦੇ ਪੀਰਨੀ ਔਰ ਖਾਵਰ ਮਨੇਕਾ ਮਨੇਕਾ ਨੇ ਕੇਰਲਾ ਨੌ ਬੰਦਿਆਂ ਦੇ ਕੋਲੋਂ 5-5 ਕਰੋੜ ਰੁਪਈਆ ਲੈ ਲਿਆ ਨੌ ਪੰਜਾ 45 45 ਕਰੋੜ ਰੁਪਈਆ ਖਾਵਰ ਮਨੇਕਾ ਨੇ ਪੀਰਨੀ ਦੇ ਕਹਿਣ ਤੇ ਨੌ ਬੰਦਿਆਂ ਕੋਲੋਂ ਲੈ ਲਿਆ ਸੀਟਾਂ ਸੀ ਤਿੰਨ ਉਸ ਤੋਂ ਬਾਅਦ ਕੀ ਹੁੰਦਾ ਕਿ ਤਿੰਨਾਂ ਬੰਦਿਆਂ ਨੂੰ ਪੀਰਨੀ ਨੇ ਫੂਕ ਮਾਰ ਕੇ ਸੀਟਾਂ ਦੇ ਦਿੱਤੀਆਂ ਔਰ ਬਾਕੀਆਂ ਦੇ ਪੈਸੇ ਜਿਹੜੇ ਨੇ ਨਾ ਉਹ ਖਾਉ ਪਿੱਲੂ ਕਰ ਲੈ ਖਾ ਲਿਆ ਜਿਹੜਾ ਮੈਂ ਅੱਗੇ ਤਾਂ ਦੱਸਿਆ ਕਿ ਥੱਲੇ 15-16 ਅਰਬ ਰੁਪਈਆ ਪੇਆ ਉਹ ਹੁਣ ਜਨਾਬ ਹੁੰਦਾ ਇੰਜ ਕਿ ਜਿਵੇਂ ਜਿਵੇਂ ਹਾਲਾਤ ਬਦਲਦੇ ਨਾ ਪੈ ਉਹ ਜਿਹੜੇ ਸਾਰੇ ਦੇ ਸਾਰੇ ਉਮੀਦਵਾਰ ਸੀ ਨਾ ਜਿਨ੍ਹਾਂ ਨੂੰ ਮਿਲੀਆਂ ਵੀ ਸੀ ਤੇ ਜਿਨ੍ਹਾਂ ਨੂੰ ਨਹੀਂ ਸੀ ਵੀ ਮਿਲੀਆ ਚਲੋ ਮਿਲੀਆਂ ਵਾਲੇ ਤੇ ਉਹਨਾਂ ਨੂੰ ਤੇ ਠੰਡ ਪੈ ਗਈ ਹੋਣੀ ਹੈ ਨਾ ਉਹਨਾਂ ਦੇ ਜਿਹੜਾ ਖੋ ਖਾ ਕੇ ਪੈਸਾ ਖਾਦਾ ਲੁੱਟਿਆ ਸੀ ਉਹ ਵੱਡੇ ਘਰ ਵਾਲੇ ਲੈਗ ਹੈ ਬਾਕੀ ਜਿਹੜੇ 6 ਬੰਦੇ ਸੀ 6 5 30 ਕਰੋੜ ਰੁਪਈਆ ਉਹਨਾਂ ਦਾ ਬਣਦਾ ਉਹਨਾਂ ਨੇ ਹੁਣ ਪਾਕ ਪਤਨ ਦੇ ਵਿੱਚ ਰੌਲਾ ਪਾਇਆ ਹੈ ਹਰ ਜਗ੍ਹਾ ਤੇ ਹਰ ਚੌਕ ਤੇ ਵਿੱਚ ਉਹਨਾਂ ਨੇ ਪੋਸਟਰ ਲਾਏ ਨੇ ਹੱਤਾ ਕਿ ਇਸ ਹੱਦ ਤੱਕ ਵੀ ਗੱਲ ਬਣੀ ਹੈ ਕਿ ਉਹਨਾਂ ਨੇ ਤਰੇ ਖੋਤੇ ਲੈ ਕੇ ਨਾ ਦੋ ਖੋਤੇ ਤੇ ਇੱਕ ਖੋਤੀਆਂ ਉਹਨਾਂ ਨੂੰ ਇਸ ਤਰ੍ਹਾਂ ਰੰਗ ਕਰਕੇ ਇੱਕ ਖਾਬਰਮਨ ਇੱਕਾ ਇੱਕ ਪੀਰਨੀ ਹੈ ਤੇ ਇੱਕ ਨਿਆਜ਼ੀ ਹੈ ਉਹਨਾਂ ਦੇ ਗਲੇ ਦੇ ਵਿੱਚ ਲਿੱਤਰਾਂ ਦੇ ਹਾਰ ਪਾ ਕੇ ਤੇ پاک ਪਤਨ ਦੇ ਵਿੱਚ ਬੱਕ ਮੰਦੇ ਨੇ ਤੇ ਨਾਲ ਲਿਖਦੇ ਨੇ ਕਿ ਸਾਡਾ 3-3 ਕਰੋੜ 5-5 ਕਰੋੜ ਰੁਪਈਆ ਇਹ ਜਿਹੜੇ ਨੇ ਇਹਨਾਂ ਨੇ ਖਾਧਾ ਸਾਡਾ ਵਾਪਸ ਤੋ ਆਓ ਪਾਕ ਪਤਨ ਦੇ ਵਿੱਚ ਪੂਰਾ ਇਸ ਵਕਤ ਹਰ ਡੇਰੇ ਤੇ ਹਰ ਬੈਠਕ ਵਿੱਚ ਇੱਕੋ ਹੀ ਗੱਲ ਹੋ ਰਹੀ ਹੈ ਕਿ ਪੀਰਨੀ ਨਿਆਜ਼ੀ ਔਰ ਖਾਬਰ ਮਨੇਕਾ ਜਿਹੜੇ ਨੇ ਉਹ ਫੜੇ ਗਏ। ਹੁਣ ਇਹ 30 ਕਰੋੜ ਰੁਪਇਆ 6 ਬੰਦਿਆਂ ਦਾ ਉਹ ਹੁਣ ਡਿਮਾਂਡ ਕਰਦੇ ਨੇ ਕਿ ਸਾਡੇ ਪੈਸੇ ਵਾਪਸ ਕਰੋ। ਉਹਨਾਂ ਕੋਲ ਸਾਰੀ ਆਡੀਓ ਹੈ, ਸਾਰੀਆਂ ਵੀਡੀਓ ਨੇ, ਸਾਰੇ ਰਿਕਾਰਡ ਨੇ ਜਿਹਨਾਂ ਡੇਰਿਆਂ ਤੇ ਡੀਲਾਂ ਹੋਈਆਂ ਉਹ ਡੇਰਿਆਂ ਵਾਲੇ ਨੰਬਰਦਾਰ ਨੇ ਹਰ ਛੇ ਉਹਨਾਂ ਦੇ ਕੋਲ ਮੌਜੂਦ ਹੈ। ਉਹ ਇਹਨਾਂ ਕੋਲ ਹੁਣ ਮੰਗਦੇ ਨੇ ਪੈਸੇ ਕਿ ਸਾਡੇ ਪੈਸੇ ਵਾਪਸ ਕਰੋ ਤੇ ਨਾਲ 15 ਕਰੋੜ ਰੁਪਈਆ ਅਦਾਫੀ ਜਿਹੜਾ ਇਕੱਠਾ ਹੋਇਆ ਸੀ ਉਹ ਸੀ ਨੌਕਰੀਆਂ ਦੇ ਚੱਕਰ ਦੇ ਵਿੱਚ ਇਹ ਪਾਕਪਤਰ ਉਹਨਾਂ ਦੇ ਸਾਈਵਾਲ ਤੇ ਆਲੇ ਦੁਆਲੇ ਇਹ ਜਿੰਨਾ ਏਰੀਆ ਨਾ ਪੂਰੀ ਡਿਵੀਜ਼ਨ ਜਿਹੜੀ ਹੈ ਉਹਦੇ ਵਿੱਚ ਖਾਬਰ ਮਨੇਕਾ ਨੇ ਨੌਕਰੀਆਂ ਵੇਚੀਆਂ ਪਹਿਲੇ ਗ੍ਰੇਡ ਤੋਂ ਲੈ ਕੇ 8ਵੇਂ 10ਵੇਂ ਗ੍ਰੇਡ ਤੱਕ ਜੋ ਵੀ ਪੂਰੀ ਡਿਵੀਜ਼ਨ ਦੇ ਵਿੱਚ ਨੌਕਰੀ ਆਉਂਦੀਆਂ ਡੀਸੀ ਦੇ ਨਾਲ ਮਿਲ ਕੇ ਕਮਿਸ਼ਨਰ ਦੇ ਨਾਲ ਮਿਲ ਕੇ ਬਲਕੇ ਨੌਕਰੀਆਂ ਵੇਚੀਆਂ 15 ਕਰੋੜ ਰੁਪਈਆ ਉਥੋਂ ਇਹਨੇ ਇਕੱਠਾ ਕੀਤਾ ਔਰ ਨੌਕਰੀਆਂ ਅਗਰ ਫਰਜ਼ ਕਰੋ 100 ਸੀਨਾ ਦੇ 50 ਬੰਦਿਆਂ ਨੂੰ ਨੌਕਰੀਆਂ ਮਿਲੀਆਂ ਤੇ 95 ਦੇ ਪੈਸੇ ਖਾ ਗਿਆ ਉਹ ਹੋਣ ਜਿਹੜੇ ਲੋਕ ਨੇ ਜਿਨ੍ਹਾਂ ਨੇ ਪੈਸੇ ਦਿੱਤੇ ਸੀ 10 10 20 20 ਲੱਖ ਰੁਪਈਆ ਨੌਕਰੀ ਆਸਤੇ ਉਹ ਵੀ ਪਾਕਪਤਨ ਦੇ ਵਿੱਚ ਮੁਜ਼ਾਰੇ ਪਾ ਕਰਦੇ ਨੇ ਰੇਲੀਆਂ ਪਾ ਕਰਦੇ ਨੇ ਐਲਾਨਾਤ ਪਾ ਕਰਦੇ ਨੇ ਔਰ ਡੇਰਿਆਂ ਡੱਪਿਆਂ ਤੇ ਇਹ ਇਹ ਗੱਲਾਂ ਔਰ ਗਿਲੇ ਸ਼ਿਕਵੇ ਪਾ ਕਰਦੇ ਨੇ ਕਿ ਸਾਡੇ ਪੈਸੇ ਇੰਨੇ ਪੈਸੇ ਇਹਨਾਂ ਨੇ ਖਾਦੇ ਨੇ ਤੇ 15 ਕਰੋੜ ਰੁਪਈਆ ਨੌਕਰੀਆਂ ਦਾ 30 ਕਰੋੜ ਰੁਪਇਆ ਟਿਕਟਾਂ ਦਾ ਇਹ ਪਾਕਪਤਨ ਦੇ ਵਿੱਚ ਇਸ ਵਕਤ ਜਿਹੜਾ ਨਾ ਉਹ ਬਹੁਤ ਵੱਡੀ ਖਬਰ ਜਿਹੜੀ ਉਹ ਬਣੀ ਤੇ ਹਰ ਬੰਦਾ ਪੀਰਨੀ ਨਿਆਜ਼ੀ ਔਰ ਖਾਵਰ ਮਨੇਕਾ ਦੇ ਕੋਈ ਪੁਤਲੇ ਸਾੜਦੇ ਪਿਆ ਕੋਈ ਖੋਤਿਆਂ ਤੇ ਉਹਨੂੰ ਬਿਠਾ ਕੇ ਰੱਸਾ ਪਾ ਕੇ ਤੇ ਘੁਮਾਉਂਦਾ ਹੈ ਪੈਸ਼ੇਰ ਚ ਕੋਈ ਅਜੀਬੋ ਗਰੀਬ ਕਿਸਮ ਦਾ ਇਹਨਾਂ ਦੇ ਖਿਲਾਫ ਉੱਤੇ ਸਮਾਂ ਜਿਹੜਾ ਨੇ ਇਹ ਸ਼ੁਰੂ ਹੋਇਆ ਤੇ ਇਸੇ ਚੱਕਰ ਦੇ ਵਿੱਚ ਪੀਰਨੀ ਜਦੋਂ ਜੇਲ੍ਹ ਦੇ ਵਿੱਚ ਗਈ ਸੀ ਨਿਆਜ਼ੀ ਨੂੰ ਮਿਲਣ ਉੱਥੇ ਵੀ ਇਹਦੇ ਤੂ ਤੂ ਮੈਂ ਮੈਂ ਉਹਨਾਂ ਪੈਸਿਆਂ ਤੋਂ ਹੋਈ ਉੱਥੇ ਉਹਨੇ ਕਿਹਾ ਖਾਨ ਸਾਹਿਬ ਉਹ ਪੈਸੇ ਜਿਹੜੇ ਪੈ ਨੇ ਟਿਕਟਾਂ ਦੇ ਉਹ ਬੰਦੇ ਵਾਪਸ ਮੰਗਦੇ ਨੇ ਤੇ ਉਹ ਕਿਸ ਤਰ੍ਹਾਂ ਵਾਪਸ ਕਰਨੇ ਨੇ ਦੱਸੋ ਹੁਕਮ ਕਰੋ ਕਿਨੇ ਮੈਂ ਉਹ ਵਾਪਸ ਕਰਾਂ ਪੈਸੇ ਦਿੱਤੇ ਹਨੇ ਚ ਪੈਣ ਲੇਕਿਨ ਤੁਸੀਂ ਹੁਕਮ ਦੇਣਾ ਤੇ ਮੈਂ ਉਹ ਅਗਾ ਲੋਕਾਂ ਨੂੰ ਵਾਪਸ ਕਰਨੇ ਨੇ ਕਿਉਂਕਿ ਸਾਡਾ ਉੱਤੇ ਫੈਮਿਲੀ ਦੇ ਬੜੇ ਰੋਲੇ ਬਣ ਗਏ ਨੇ ਲੜਾਈਆਂ ਪੈ ਗਈਆਂ ਫੈਮਿਲੀ ਵਿੱਚ ਖਾਨਦਾਨਾਂ ਦੇ ਵਿੱਚ ਰਿਸ਼ਤੇਦਾਰਿਆਂ ਦੇ ਵਿੱਚ ਜਾਣਨ ਵਾਲਿਆਂ ਦੇ ਵਿੱਚ ਹਰ ਬੰਦਾ ਸਾਡੇ ਤੇ ਲਹਨਤਾਂ ਕਰ ਰਿਹਾ ਕਿ ਪੈਸੇ ਵਾਪਸ ਕਰੋ ਤੇ ਉਹ ਪਤਾ ਨਹੀਂ ਹੁਣ ਖਾਨ ਸਾਹਿਬ ਨੇ ਉਹਨੂੰ ਪੀਰਨੀ ਨੂੰ ਹੁਕਮ ਜਾਰੀ ਕੀਤਾ ਜਾਂ ਨਹੀਂ ਕੀਤਾ ਕਿ ਉਹ ਪੈਸੇ ਵਾਪਸ ਕਰਨੇ ਨੇ ਜਾਂ ਨਹੀਂ ਫਿਲਹਾਲ ਪਾਕਪਤਨ ਦੇ ਵਿੱਚ ਜਿਹੜਾ ਇੱਕ ਅਜੀਬ ਸਮਾਂ ਜਿਹੜਾ ਉਹ ਫੈਲੇ ਆ ਕਿ 30 ਕਰੋੜ 1 ਤੇ 15 ਕਰੋੜ 1 45 ਕਰੋੜ ਰੁਪਇਆ ਪੀਰਨੀ ਨਿਆਜ਼ੀ ਔਰ ਖਾਵਰ ਮਨੇਕਾ ਸਿਰਫ ਪਾਕਪਤਨ ਤੋਂ ਖਾ ਕੇ ਤੇ ਬੈਠੇ ਜੇ ਤੇ ਪਾਕਪਤਨ ਦੇ ਹਰ ਚੌਕ ਚੁਰਾਹੇ ਦੇ ਵਿੱਚ ਇਹ ਗੱਲ ਹੁਣ ਹੋ ਰਹੀ ਏ ਕਿ ਇਹ ਕਿੱਦੇ ਵੱਡੇ ਚੋਰ ਔਰ ਹਰਾਮ ਖੋਰ ਸੀ ਠੀਕ ਹੋ ਗਿਆ ਅਗਲੀ ਖਬਰ ਤੇ ਆਜੋ ਯੂਥੀਆਂ ਦੇ ਗਿਰਦ ਕੇ ਰਾਤ ਤੰਗ ਵੱਡਾ ਆਪਰੇਸ਼ਨ ਪੂਰੇ ਪੰਜਾਬ ਦੇ ਵਿੱਚ ਮੈਂ ਸਮਝੀ ਨਾ ਕਿ ਪੂਰੇ ਪਾਕਿਸਤਾਨ ਦੇ ਵਿੱਚ ਹੀ ਇਹ ਇੱਕ ਨਵਾਂ ਵੱਡਾ ਆਪਰੇਸ਼ਨ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਲਾਹੌਰ ਦੇ ਵਿੱਚੋਂ 270 ਦੇ ਕਰੀਬ ਯੂਥੀਆ ਗ੍ਰਿਫਤਾਰ 1082 ਯੂਥੀਆ ਲਾਹੌਰ ਦੇ ਵਿੱਚੋਂ ਗ੍ਰਿਫਤਾਰ ਹੋਣਾ ਅਗਲੇ ਚੰਨ ਦਿਨਾਂ ਦੇ ਵਿੱਚ ਇਹ ਉਹ ਲੋਕ ਨੇ ਜਿਹੜੇ ਮਲਵਿਸ ਕਿਸੇ ਨਾ ਕਿਸੇ ਹਵਾਲੇ ਦੇ ਨਾਲ ਪਾਕਿਸਤਾਨ ਤੇ ਹਮਲਿਆਂ ਦੇ ਇਸੇ ਤਰ੍ਹਾਂ ਹੀ ਪੂਰੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਜਿੱਥੇ-ਜਿੱਥੇ ਵੀ ਕੋਈ ਯੂਥੀਆ ਬੈਠਿਆ ਛੁਪਿਆ ਸੀ ਜਿਨੇ ਮੁਜ਼ਾਹਰਾ ਕੀਤਾ ਸੀ ਪਾਕਿਸਤਾਨ ਦੇ ਖਿਲਾਫ ਜਾਂ ਜਿਨੇ ਗਲੰਗਲੋਚ ਕੀਤੀ ਸੋਸ਼ਲ ਮੀਡੀਆ ਤੇ ਜਾਂ ਜੋ ਵੀ ਉਹ ਪੂਰੇ ਪਾਕਿਸਤਾਨ ਦੇ ਵਿੱਚ ਜਿੱਥੇ-ਜਿੱਥੇ ਵੀ ਉਹ ਬੈਠੇ ਨੇ ਉਹਨਾਂ ਦੇ ਖਿਲਾਫ ਆਪਰੇਸ਼ਨ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈ ਗ੍ਰਿਫਤਾਰੀਆਂ ਹੋ ਰਹੀਆਂ ਨੇ ਔਰ ਅਗਲੇ ਚੰਨ ਦਿਨਾਂ ਦੇ ਵਿੱਚ ਇਹਨੇ ਬੜਾ ਤੇਜ਼ ਹੋਣਾ ਹੈ ਇਹਨੇ ਇਹਨੇ ਫੜ ਕੇ ਫੱਟੇ ਜਿਹੜੇ ਨੇ ਉਹ ਉਖਾੜਨੇ ਨੇ ਐਡਾ ਤੇਜ਼ ਆਪਰੇਸ਼ਨ ਜਿਹੜਾ ਇਹ ਹੋਣਾ ਚਮਾ ਸੂਬਿਆਂ ਦੇ ਵਿੱਚ ਆਜ਼ਾਦ ਕਸ਼ਮੀਰ ਦੇ ਵਿੱਚ ਗਿਲਗਿਤ ਦੇ ਵਿੱਚ ਜਿੱਥੇ-ਜਿੱਥੇ ਵੀ ਯੂਥੀਆ ਬੈਠਾ ਹੈ ਜਿਹੜਾ ਹਜੇ ਤੱਕ ਗ੍ਰਿਫਤਾਰ ਨਹੀਂ ਸੀ ਹੋਇਆ ਔਰ ਜਿਨ੍ਹਾਂ ਦੇ ਨਾਮ ਲਿਸਟਾਂ ਦੇ ਵਿੱਚ ਮੌਜੂਦ ਸੀ ਕਿ ਇਹਨਾਂ ਨੇ ਉਸ ਦਿਨ ਪਾਕਿਸਤਾਨ ਦੇ ਖਿਲਾਫ ਇਹ ਸਾਰਾ ਕੁਝ ਕੀਤਾ ਤੇ ਲੰਮਾ ਰੌਲਾ ਜਿਹੜਾ ਇਹ ਬਣਨਾ ਅਗਲੇ ਚੰਨ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਮੈਂ ਕਹਿੰਦਾ ਸੀ ਨਾ ਕਿ ਕੋਈ ਯੁੱਥੀਆ ਨਜ਼ਰ ਨਹੀਂ ਆਏਗਾ ਪਾਕਿਸਤਾਨ ਦੇ ਵਿੱਚ ਔਰ ਨਾਲ ਸੋਨੇ ਤੇ ਸੁਆਗਾ ਆਵੇ ਕਿ ਪਾਕਿਸਤਾਨ ਤੋਂ ਬਾਹਰ ਜਿਹੜੇ ਯੁੱਥੀਏ ਬੈਠੇ ਨੇ ਉਹਨਾਂ ਦੇ ਖਿਲਾਫ ਵੀ ਇਹੋ ਹੀ ਆਪਰੇਸ਼ਨ ਜਿਹੜਾ ਉਹ ਹੋਣਾ ਉਹ ਵੀ ਅਰੂਝ ਤੇ ਅਸੀਂ ਆਪਣੀ ਥਾਂ ਤੇ ਜਿਸ ਮੁਲਕ ਵਿੱਚ ਅਸੀਂ ਰਹਿੰਦੇ ਆ ਅਸੀਂ 100 ਸਵਾ 100 ਯੂਥੀਆ ਦੀ ਲਿਸਟ ਜਿਹੜੀ ਉਹ ਭੇਜ ਚੁੱਕੇ ਆ 12 14 ਫੜੇ ਜਾ ਚੁੱਕੇ ਨੇ ਛੁੱਟੀਆਂ گزارਣਗੇ ਇਹ ਜਿਵੇਂ ਹੀ ਇੱਥੋਂ ਜਾਣਗੇ ਛੁੱਟੀਆਂ ਲੈ ਕੇ ਜਾਣਗੇ ਉੱਥੇ ਪਾਕਿਸਤਾਨ ਪਹੁੰਚਣਗੇ ਤੇ 에ਅਰਪੋਰਟਾਂ ਤੇ ਫੜ ਲੈ ਜਾਣਗੇ ਤੇ ਇਹ ਪਾਕਿਸਤਾਨ ਦੇ ਅੰਦਰ ਔਰ ਪਾਕਿਸਤਾਨ ਤੋਂ ਬਾਹਰ ਜਿੱਥੇ ਜਿੱਥੇ ਵੀ ਯੂਥੀਆ ਇਹ ਵੱਡਾ ਆਪਰੇਸ਼ਨ ਜਿਹੜਾ ਇਹ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਤੇ ਇਨਸ਼ਾ ਅੱਲਾਹ ਪਾਕਿਸਤਾਨ ਦੀ ਜੀਤ ਹੋਏਗੀ ਔਰ ਇਹ ਜਿਹੜਾ ਯੂਥੀਆ ਪਾਕਿਸਤਾਨ ਦੇ ਅੰਦਰ ਔਰ ਬਾਹਰ ਇਹਨਾਂ ਦਾ ਖਾਤਮਾ ਇਨਸ਼ਾ ਅੱਲਾਹ ਹਮੇਸ਼ਾ ਹਮੇਸ਼ਾ ਵਾਸਤੇ ਇਹ ਹੋ ਜਾਏਗਾ ਕਿਉਂਕਿ ਪਾਕਿਸਤਾਨ ਜਿਹੜਾ ਉਹ ਨਾ ਕਿਆਮਤ ਇਹ 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 ਰਹਿਣਾ ਆਬਾਦ ਰਹਿਣਾ ਸ਼ਾਦ ਰਹਿਣਾ ਤੇ 14 ਅਗਸਤ ਆਜ਼ਾਦੀ ਦਾ ਦਿਨ ਸਾਰਿਆਂ ਮਿੱਠਿਆਂ ਨੂੰ ਆਜ਼ਾਦੀ ਮੁਬਾਰਕ ਸਾਡੇ ਵੱਲੋਂ ਵੱਡ ਚੜ ਕੇ ਜਸ਼ਨ ਆਜ਼ਾਦੀ ਦੇ ਵਿੱਚ ਹਿੱਸਾ ਲਵੋ ਔਰ ਪਾਕਿਸਤਾਨ ਵਾਸਤੇ ਦੁਆਵਾਂ ਮੰਗੋ ਪਾਕਿਸਤਾਨ ਦੀ ਸਲਾਮਤੀ ਵਾਸਤੇ ਪਾਕਿਸਤਾਨ ਦੀ ਤਰੱਕੀ ਵਾਸਤੇ ਤੇ ਇਹਦੇ ਨਾਲ ਨਾਲ ਪੀਦਨੀ ਨਿਆਜ਼ੀ ਔਰ ਖਾਵਰ ਮਨੇਕਾ ਪਾਤ ਪਾਕ ਪਤਨ ਦੇ ਵਿੱਚ ਰੰਗੇ ਹੱਥੋਂ ਫੜੇ ਗਿਆ ਜੇ ਜੋ ਜੋ ਅਸੀਂ ਤੁਹਾਨੂੰ ਦੱਸਿਆ ਸੀ ਅੱਜ ਅਲਹਮਦੁਲਿਲਾ ਸਾਬਤ ਹੋ ਰਿਹਾ ਬਹੁਤ ਸ਼ੁਕਰੀਆ